ਬੜੀ ਹੀ ਖੂਬਸੂਰਤ ਆਵਾਜ਼ ਹੈ ਨ抗 ਨੌਜਵਾਨ ਗਾਇਕ ਨੇ ਔਰ ਇਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ ਅਰਸ਼ ਬ੍ਰੈਚ ਇਹਨਾਂ ਦਾ ਨਾਂ ਕੈਨੇਡਾ ਆਇਆ ਨੂੰ ਇਹਨਾਂ ਨੂੰ ਤਕਰੀਬਨ 5 ਸਾਲ ਹੋ ਗਏ ਔਰ ਸੰਗੀਤ ਇਹਨਾਂ ਦੀਆਂ ਰਗਾਂ ਦੇ ਵਿੱਚ ਹੈ ਗੁੜਤੀ ਮਿਲੀ ਹੈ ਇਹਨਾਂ ਨੂੰ ਸੰਗੀਤ ਦੀ ਔਰ ਟਿਕਟੌਕ ਤੇ ਬੜੀ ਧੂਮ ਮਚਾਈ ਹੋਈ ਹੈ ਅੱਜਕੱਲ ਅਰਸ਼ ਕੀ ਹਾਲ ਚਾਲ ਹੈ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਤਰਨੰਵੀ ਸੱਸੀ ਗਾਲ ਸਾਰੇ ਸਰੋਤਾਂ ਨੂੰ ਕਨੈਕਟ ਐਫ ਐਮ ਸੁਣਨ ਵਾਲਿਆਂ ਨੂੰ ਥੈਂਕ ਯੂ ਸੋ ਮੱਚ ਯਾ ਜੀ ਤੁਹਾਡੀ ਬਿਲਕੁਲ ਠੀਕ ਠਾਕ ਤੁਸੀਂ ਪਹਿਲਾਂ ਤਾਂ ਇਹ ਦੱਸੋ ਮੈਂ ਹਾਲੇ ਤੱਕ ਟਿਕਟੌਕ ਦਾ ਅਕਾਊਂਟ ਨਹੀਂ ਬਣਾਇਆ ਕਿਉਂਕਿ ਮੈਨੂੰ ਟਿਕਟੌਕ ਤੋਂ ਬਹੁਤ ਡਰ ਲੱਗਦਾ ਬੜਾ ਅੱਖਾਂ ਕੰਮ ਆ ਗੀਤਾ ਉੱਤੇ ਲਿਪਸਿੰਕਿੰਗ ਕਰਨਾ ਇਹ ਵੀ ਇੱਕ ਆਰਟ ਹੈ ਆਪਣੇ ਆਪ ਦੇ ਵਿੱਚ ਸੋ ਟਿਕਟੌਕ ਤੇ ਤੁਹਾਡੇ ਤਕਰੀਬਨ 6 ਲੱਖ ਫੋਲੋਅਰਸ ਨੇ ਇਹ ਮਸ਼ਹੂਰ ਹੋਣ ਦਾ ਕੀ ਰਾਜ਼ ਹੈ ਕਿਸ ਤਰ੍ਹਾਂ ਮਸ਼ਹੂਰ ਹੋਇਆ ਜਾ ਸਕਦਾ ਸੋ ਮਸ਼ਹੂਰ ਹੋਣ ਦੇ ਤਰੀਕਾ ਯਾ ਆਈ ਥਿੰਕ ਟਿਕਟੌਕ ਇੱਕ ਇਦਾਂ ਦਾ ਪਲੇਟਫਾਰਮ ਹੈ ਜੇ ਤੁਸੀਂ ਸਮਥਿੰਗ ਕ੍ਰੀਏਟਿਵ ਕਰਦੇ ਹੋ different from others right usually dekhde haan appa log lip syncing karde haan ya kuch bhi hai right so if you are doing something unique something different hmm. that will make you famous or popular on tiktok that's the key sadis sunan wale nu dasso ki tusi different ki karde ho kyunki main tora tiktok dekheya aur bahut hi dilchasp hai aur jeh ni karta band karan nu jeh karta ki todi ek video dekhi phir dooji dekhi jave phir teesri dekhi jave so eh jehda unique karan da silsila kis tarah shuru hoya si ਸੁਮੇਦਨ ਦੱਸਦੇ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਮੈਂ ਵੀ ਜਿਵੇਂ ਆਮ ਲੋਕ ਨੇ ਲਿਪ ਸਿੰਕਿੰਗ ਵਗੈਰਾ ਇਦਾਂ ਕੁਝ ਕਰਨ ਦਾ ਸੋਚਿਆ ਸੀਗਾ ਸੋ ਆਈ ਡਿਡਨਟ ਗੈਟ ਮਚ ਆਫ ਦ ਲਾਈਕਸ ਐਂਡ ਸਟਫ ਸੋ ਮੈਂ ਸੋਚਿਆ ਕਿ ਮੇਰੇ ਕੋਲ ਸਿੰਕਿੰਗ ਦਾ ਟੈਲੈਂਟ ਆਬਵੀਅਸਲੀ ਹੈਗਾ ਸੋ ਆ ਵਾਸ ਟਰਾਇੰਗ ਸੋ ਇੱਕ ਦਿਨ ਕੀ ਹੋਇਆ ਕਿ ਮੈਂ ਵੈਸੇ ਹੀ ਗਾਣੇ ਸੁਣ ਰਿਹਾ ਸੀਗਾ ਉਹ ਇੱਕ ਦਿਲਜੀਤ ਦੋਸਾਂਝੀ ਦਾ ਗਾਣਾ ਆ ਉਹਨਾਂ ਦੀ ਫਿਲਮ ਦਾ ਗਾਣਾ ਆ ਲੱਕ ਤੇਰੇ ਪਤਲੇ ਵਾਸਤੇ ਬਣੀਆ ਟੌਮੀ ਦੀ ਜੀਨਾ ਚ ਸੋ ਮੈਂ ਬੈਠਾ ਬੈਠਾ ਲਾਈਕ ਉਦਹੀਂ ਨਾਲ ਗੁੰਗੁਣਾ ਰਿਹਾ ਸੀ ਤੇ ਮੇਰੇ ਦਿਮਾਗ 'ਚ ਇੰਨੀ ਕਿ ਜ਼ਿਆਦਾ ਫਨੀ ਚੀਜ਼ ਆਈ ਸੋ ਆਟ ਇਜ਼ ਲਾਈਕ ਮੈਨੂੰ ਇਹ ਚੀਜ਼ ਪੋਸਟ ਕਰਨੀ ਚਾਹੀਦੀ ਆ I will definitely get a good response ਐਂਡ ਉਹੀ ਚੀਜ਼ ਹੋਈ ਕਿ ਜਦੋਂ ਮੈਂ ਪੋਸਟ ਕੀਤੀ ਬਹੁਤ ਵਧੀਆ ਰਿਸਪੌਂਸ ਮਿਲੇ ਸੋ ਸਾਨੂੰ ਦੱਸੋ ਵੀ ਉਹਦੀ ਮਿਸਾਲ ਵੀ ਦਿਓ ਵੀ ਕਿਸ ਤਰ੍ਹਾਂ ਪੋਸਟ ਕੀਤੀ ਉਹਦੇ 'ਚ ਕੀ ਵੱਖਰਾ ਕੀਤਾ ਸੋ ਮੈਂ ਤੁਹਾਨੂੰ ਦੱਸਦਾ ਉਹਦਾ ਉਹਨਾਂ ਦੀ ਮੇਨ ਲਾਈਨ ਹੈਗੇ ਕਿ ਹੋ ਲੱਕ ਤੇਰੇ ਪਤਲੇ ਵਾਸਤੇ ਬਣੀਆਂ ਟੌਮੀ ਦੀਆਂ ਜੀਨਾ ਨਹੀਂ ਤੇ ਮੈਂ ਬਣਾਇਆ ਸੀਗਾ ਹੋ ਕੁੱਟ ਦੇ ਚਟਣੀ ਪਿਆਜ਼ ਦੀ ਕੁੜੀਏ ਆਬਿਤ ਪਦੀਨਾ ਨਹੀਂ ਸੋ اور ਰਾਈਮਿੰਗ ਬਹੁਤ ਸੋਹਣੀ ਹੋਈ ਤੇ ਬਹੁਤ ਵਧੀਆ ਲੋਕਾਂ ਨੂੰ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਮਿਲਿਆ ਤੇ ਉਸ ਦਾ ਅੱਛਾ ਤੇ ਹੁਣ ਰੀਸੈਂਟਲੀ ਵੀ ਤੁਸੀਂ ਇੱਕ ਦੋ ਗਾਣੇ ਅਜਿਹੇ ਕੀਤੇ ਉਹਦੀ ਵੀ ਇੱਕ ਮਿਸਾਲ ਦਿਓ ਸਾਡੇ ਸੁਣਨ ਵਾਲਿਆਂ ਨੂੰ ਜਿਨ੍ਹਾਂ ਨੇ ਨਹੀਂ ਦੇਖਿਆ ਤੁਹਾਡਾ ਟਿਕਟੌਕ ਹਾਂਜੀ ਇੱਕ ਮਤਲਬ ਕੋਰ ਵਾਲਾ ਮਾਨਜੀ ਦਾ ਗਾਣਾ ਬਹੁਤ ਜ਼ਿਆਦਾ ਫੇਮਸ ਹੋ ਗਿਆ ਪਿੱਛੇ ਦੀ ਡਿਸਮਿਸ 141 ਤੁਸੀਂ ਸ਼ਾਇਦ ਸੁਣੇ ਹੀ ਹੋਵੇ ਹਨ ਸੋ ਉਹ ਮੈਂ ਵੀਡੀਓ ਪੋਸਟ ਕੀਤੀ ਇਨ ਜੂਨ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਸੋ ਮੈਂ ਨੈਲੇ ਤੇ ਦੈਲਾ ਮਾਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਟਾਈਮ ਇੰਨੀ ਕਿ ਜ਼ਿਆਦਾ ਗਰਮੀ ਹੁੰਦੀ ਆ ਸੋ ਮੈਂ ਸੋਚਿਆ ਕਿ ਲੈਟਸ ਰਾਈਟ ਸਮਥਿੰਗ ਅਬਾਊਟ ਗਰਮੀ ਤੇ ਉਸ ਨੂੰ ਪੋਸਟ ਕੀਤਾ ਜਾਵੇ ਸੋ that video got i think 25 uh, million 25 <laughs> million, million, million 25 मिलियन व्यूज चंगे-ਚੰਗੇ ਗਾਇਕਾਂ ਦੇ ਗੀਤਾਂ ਨੂੰ 25 मिलियन व्यूज ਨਹੀਂ ਮਿਲਦੇ ਅਰਸ਼ that's amazing ਬਿਲਕੁਲ ओके दैट ਵੀ आल्सो ਵੀਡੀਓ ਹਾਸ ਲਾਈਕਸ ਵੀ ਆਏ ਨੇ ਤੇ ਕਮੈਂਟਸ ਤਾਂ ਬਹੁਤ ਆਏ ਨੇ ਸੋ ਜਸਟ ਅ ਚੇਂਜਿੰਗ ਪੁਆਇੰਟ ਆਫ ਮਾਈ ਲਾਈਫ ਸੋ ਕਿੱਦਾਂ ਸੀਗਾ ਉਹ ਗੀਤ ਉਹ ਥੋੜਾ ਦੱਸਿਓ ਉਹ ਬਹੁਤ ਫਨੀ ਹੈ ਮੈਂ ਦੇਖੀ ਆਪ ਵੀਡੀਓ ਹੋ ਠੰਡ ਨਹੀਂ ਪੈਂਦੀ ਪੀ ਪੀ ਥੱਕ ਗਿਆ ਨਿੰਬੂ ਪਾਣੀ ਜੀ ਕਦੇਖ ਦੇ ਤਾਂ ਲੱਗਦਾ ਜਾਨੀ ਨਿਕਲ ਹੀ ਜਾਣੀ ਜੀ بارش ਹੋ ਜਾਂਦੀ ਤਾਂ ਗੱਲਾਂ ਹੋਰ ਹੋਣੀਆਂ ਸੀ ਵੇਖ ਕੇ ਗਰਮੀ ਹਿੰਮਤਾ ਨਾ ਕਮਜ਼ੋਰ ਹੋਣੀਆਂ ਸੀ ਰੱਖਦੀਆਂ ਨੇ ਮੂਟ ਟੱਕ ਕੇ ਰੰਗ ਕਿਤੇ ਹੋ ਜਾਣ ਕਾਲੇ ਨਾ ਉਹ ਚੱਕ ਐਕਟਿਵਾ ਕੁੜੀਆਂ ਜੀ ਜਦ ਜਾਂਦੀਆਂ ਸ਼ਹਿਰਾਂ ਨੂੰ ਸਨ ਦੇਵਤਾ ਗਰਮੀ ਤੇਰੀ ਬੱਲੇ ਬੱਲੇ ਆ ਜਾਨ ਮੁਠੀ ਵਿੱਚ ਆਈ ਰਹਿੰਦੀ ਰੋਜ਼ ਦੁਪਹਿਰਾਂ ਨੂੰ ਵਾਹ ਜੀ ਵਾਹ ਦੈਟਸ ਅਮੇজিং ਜਿਹੜੇ ਸਿੰਗਰਸ ਨੇ origignal ਗਾਣੇ ਗਾਏ ਨੇ ਉਹਨਾਂ ਨੇ ਤੁਹਾਨੂੰ ਕੰਟੈਕਟ ਕੀਤਾ ਉਹਨਾਂ ਨੇ ਦੇਖਿਆ ਇਹ ਵੀਡੀਓਸ ਸੋ ਇੱਕ ਇੱਕ ਨਿਮਰਤ ਖੜਾ ਜੀ ਦਾ ਰੀਸਰਚ ਜਣਾ ਐਸੇ ਨਾ ਕਿ ਅੱਜ ਕੱਲ ਅੱਜ ਕੱਲ ਤੁਸੀਂ ਸੁਣਿਆ ਹੋਗਾ ਸੋ ਮੈਂ ਉਹਨਾਂ ਦਾ ਵੀ ਡਿਫਰੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਦਾਂ ਹੀ ਫਨੀ ਵੇ ਨਾਲ ਹਾਂ ਸ਼ੀ ਕਮੈਂਟਡ ਔਨ ਮਾਈ ਪੋਸਟ ਕਮੈਂਟਡ ਔਨ ਮਾਈ ਟਿਕਟੌਕ ਹਾਂਜੀ ਤੇ ਆਲਸੋ ਕਾਰਬੀ ਨੇ ਉਹਨਾਂ ਨੇ ਵੀ ਸ਼ੇਅਰ ਕੀਤੀ ਸੀ ਇਵਨ ਇਟ देयर वाज ਅਨਦਰ ਆਰਟਿਸਟ ਆਈ ਫੋਰਗਾਟ ਦ ਨੇਮ ਉਹਦੇ ਨਾਲ ਹੌਸਲਾ ਮਿਲਦਾ ਹੈ ਨਾ ਯਾ ਹਾਂਜੀ ਬਿਲਕੁਲ ਬਿਲਕੁਲ ਮੈਨੂੰ ਮੈਨੂੰ ਸੀਗਾ ਕਿ ਮੈਂ ਉੱਥੇ ਨਿਮਰਤ ਖਹਿਰਾ ਜੀ ਨੂੰ ਕਮੈਂਟ ਵੀ ਕੀਤਾ ਮੈਂ ਕਿਹਾ ਵੀ ਸ਼ਾਇਦ ਮੈਨੂੰ ਗੁੱਸੇ ਹੋ ਜਾਣਗੇ ਕਿਉਂਕਿ ਮੈਂ ਉਹਨਾਂ ਦੇ ਗਾਣ ਨੂੰ ਸਾਰਾ ਟੋਟਲੀ ਚੇਂਜ ਕਰਦਾ ਬਟ ਸ਼ੀ ਲਾਈਕਡ ਇਟ ਸੋ ਦੈਟ ਵਾਸ ਗ੍ਰੇਟ ਆਈ ਥਿੰਕ ਇਟਸ ਵੈਰੀ ਕ੍ਰੀਏਟਿਵ ਸੱデー ਇਸ ਵੇਲੇ ਮਹਿਮਾਨ ਸ਼ਾਮਲ ਨੇ ਪ੍ਰੋਗਰਾਮ ਦੇ ਵਿੱਚ ਅਰਸ਼ ਬ੍ਰੈਚ ਅਰਸ਼ ਟੋਰਾਂਟੋ ਰੰਦੇ ਅੰਤਰਰਾਸ਼ਟਰੀ ਵਿਦਿਆਰਥੀ ਜੋ ਟੋਰਾਂਟੋ ਆਏ ਸੀ ਤਕਰੀਬਨ 5 ਸਾਲ ਪਹਿਲਾਂ ਔਰ ਇਹਨਾਂ ਨੇ ਇੱਕ ਤਾਂ ਸੋਸ਼ਲ ਮੀਡੀਆ ਉੱਤੇ ਬਹੁਤ ਬੱਲੇ ਬੱਲੇ ਕਰਾਈ ਹੋਈ ਹੈ ਤੇ ਦੂਜਾ ਇਹ ਗਾਉਂਦੇ ਬਹੁਤ ਵਧੀਆ ਨੇ ਹਾਲ ਹੀ ਦੇ ਵਿੱਚ ਇਹਨਾਂ ਨੇ ਆਪਣਾ ਪਹਿਲਾ ਗੀਤ ਰਿਲੀਜ਼ ਕੀਤਾ ਡੋਰੇਮੋਨ ਉਸ ਨੂੰ ਬੜਾ ਪਸੰਦ ਕਰ ਰਹੇ ਨੇ ਲੋਕ ਔਰ ਇਸ ਗੱਲ ਦੀ ਮਿਸਾਲ ਦਿੰਦੀ ਹੈ ਕਿ ਇਹ ਜਿਹੜੀ ਆਵਾਜ਼ ਆ ਨਾ ਇਸ ਦੀ ਗੁੜਤੀ ਤੁਹਾਨੂੰ ਮਿਲ ਗਈ ਆਪਣੇ ਪਰਿਵਾਰ ਤੋਂ ਤੁਹਾਡੇ ਫਾਦਰ ਸਾਹਿਬ ਤੁਹਾਡੇ ਫਾਦਰ ਸਾਹਿਬ ਢਾਡੀ ਗਾਇਕ ਨੇ ਉਹਨਾਂ ਬਾਰੇ ਸਾਨੂੰ ਦੱਸੋ ਕਿ ਉਸ ਮਾਹੌਲ ਦੇ ਵਿੱਚ ਵੱਡੇ ਹੋਣ ਦਾ ਸਿਲਸਲਾ ਕਿਹੋ ਜਿਹਾ ਸੀ ਹਾਂਜੀ ਸੋ ਬੇਸਿਕਲੀ ਮੈਂ ਕਹੂੰਗਾ ਕਿ ਉਹ ਹੀ ਮੇਰੇ ਉਸਤਾਦ ਨੇ ਦਿਲਵਾਰ ਸਿੰਘ ਬੜੈ ਸੋ ਜਦੋਂ ਮੈਂ ਛੋਟਾ ਹੁੰਦਾ ਸੀ ਲੈਟ ਸੇ 2-3 ਸਾਲ ਦਾ ਹੁੰਦਾ ਸੀਗਾ ਉੱਕ ਕਰੇ ਰਿਹਰਸਲ ਵਗੈਰਾ ਕਰਦੇ ਸੀ ਢਾਡੀ ਆਪਣੇ ਕਵਿਸ਼ਰੀ ਜੋ ਵੀ ਹੁੰਦੀਆਂ ਰਾਈਟ ਸੋ ਜਦੋਂ ਆਪਣੀ ਪ੍ਰੈਕਟਿਸ ਕਰਦੇ ਹੁੰਦੇ ਸੀ ਮੈਂ ਕੋਲੇ ਬੈਠਾ ਨਾਲ ਦੀ ਨਾਲ ਉਦਾਂ ਹੀ ਸੇਮ ਟੋਨ ਦੇ ਵਿੱਚ ਕੁਛ ਨਾ ਕੁਛ ਗੁਣ ਗਿਣਾਉਂਦਾ ਰਹਿੰਦਾ ਸੀ ਸੋ ਮੈਨੂੰ ਮਤਲਬ ਮੈਂ ਇਦਾਂ ਨਹੀਂ ਕਿ ਕੁਝ ਸਪੈਸੀਫਿਕਲੀ ਬੈ ਕੇ ਸਿੱਖਿਆ ਉਹਨਾਂ ਦੇ ਨਾਲ ਬਸ ਇਦਾਂ ਹੀ ਤੁਰੇ ਜਾਂਦੇ ਔਨ ਦਾ ਗੋ ਸਾਰਾ ਕੁਝ ਇਦਾਂ ਹੀ ਸਿੱਖਿਆ ਈਵਨ ਹੁਣ ਵੀ ਜੇ ਮੈਨੂੰ ਕੋਈ ਪੁੱਛਦਾ ਕਿ ਡਿਡ ਯੂ ਲਰਨ ਫਰਮ ਐਨੀਵਨ ਮੈਂ ਕਹੂੰਗਾ ਕਿ ਮੈਂ ਬਸ ਸੁਣ ਕੇ ਸਿੱਖਿਆ ਮਤਲਬ ਸਪੈਸੀਫਿਕਲੀ ਕਿਤੋਂ ਨਹੀਂ ਸਿੱਖਿਆ ਅੱਛਾ ਸੁਣ ਕੇ ਮਤਲਬ ਕਾਨਾਂ ਚੋਂ ਜਦੋਂ ਬਚਪਨ ਦੇ ਵਿੱਚ ਹੀ ਇਹੋ ਜਿਹੀ ਸੁਰ ਪੈਂਦੇ ਆ ਇਹੋ ਜਿਹੀ ਆਵਾਜ਼ਾਂ ਪੈਂਦੀਆਂ ਤੇ ਜ਼ਾਹਿਰ ਹੈ ਕਿ ਉਸ ਦਾ ਅਸਰ ਹੁੰਦਾ ਹੈ ਤੁਸੀਂ ਇਹ ਤੁਸੀਂ ਹੁਣ ਕਿਉਂ ਡਿਸਾਈਡ ਕੀਤਾ ਕਿ ਆਪਣਾ ਗੀਤ ਰਿਲੀਜ਼ ਕਰਨਾ ਹੈ ਇਹ ਤਿਆਰੀ ਕੀਤੀ ਹੈ ਹੁਣ ਤੱਕ ਪਹੁੰਚਣ ਲਈ ਇਸ ਲਈ ਫੈਸਲਾ ਕੀਤਾ ਕਿ ਹੁਣ ਮੈਂ ਤਿਆਰ ਹਾਂ ਇਹ ਕਦੋਂ ਡਿਸਾਈਡ ਕੀਤਾ ਕਿ ਨਹੀਂ ਆਈ ਥਿੰਕ ਨਾਓ ਇਟਸ ਟਾਈਮ ਕਿ ਮੈਂ ਆਪਣਾ ਸਫਰ ਸ਼ੁਰੂ ਕਰਨਾ ਸੁੱਝਵੇਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਟਿਕਟੌਕ ਹਨਾ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਪਿਛਲੇ ਸਾਰੇ ਸਾਲ ਦੇ ਵਿੱਚ ਜਿਵੇਂ ਪਹਿਲਾਂ ਮੈਂ ਲਿਫਟਿੰਗ ਹੀ ਮਤਲਬ ਕੁਝ ਨਹੀਂ ਛੱਡਿਆ ਮੈਂ ਜਦੋਂ ਮੈਂ ਕੁਝ ਡਿਫਰੈਂਟ ਟਰਾਈ ਕੀਤਾ ਉਦੋਂ ਗੱਲ ਬਣ ਗਈ ਸੋ ਬੇਸਿਕਲੀ ਤੇ ਫਿਰ ਮੈਨੂੰ ਹੁਣ ਜਦੋਂ ਮੇਰੇ ਫੈਨ ਫੋਲੋਇੰਗ ਵਧ ਰਹੀ ਸੀ ਏਵਰੀ ਡੇ ਆਈ ਵਾਸ ਗੈਟਿੰਗ 20000 30000 ਨਿਊ ਫਾਲੋਅਰਸ ਰਾਈਟ ਸੋ ਮੈਨੂੰ ਲੱਗਿਆ ਕਿ ਮੈਨੂੰ ਇਹ ਗਾਣੇ ਦਾ ਛੋਟਾ ਜਿਹਾ ਕਲਿੱਪ ਟਿਕਟੌਕ ਤੇ ਛੱਡਣਾ ਚਾਹੀਦਾ ਹੈ ਸੋ ਮੈਂ ਉਹ ਛੋਟਾ ਜਿਹਾ ਕਲਿੱਪ ਟਿਕਟੌਕ ਤੇ ਪਾਇਆ ਤੇ ਤੁਸੀਂ 65000 ਵੀਡੀਓਜ਼ ਲੋਕਾਂ ਨੇ ਆਪ ਉਸ ਸਾਊਂਡ ਤੇ ਬਣਾਈਆਂ ਦੇਖਣ ਵਾਲੇ ਤਾਂ ਬਹੁਤ ਜ਼ਿਆਦਾ ਹੀ ਹੋਣਗੇ ਆਬਵੀਅਸly दैट्स ਗ੍ਰੇਟ ਯਾ ਸੋ ਦੈਟ ਵਾਸ ਮੇਰਾ ਇਹੀ ਪਲਾਨ ਸੀਗਾ ਕਿ ਮੈਂ ਟਿਕਟੌਕ ਦੇ ਜ਼ਰੀਏ ਹੀ ਹੁਣ ਇੰਨੀ ਮਿਹਨਤ ਕੀਤੀ ਹੈ ਤੇ ਉਸ ਤੋਂ ਕੋਈ ਫਲ ਵੀ ਮਿਲਣਾ ਚਾਹੀਦਾ ਇਹ ਗੀਤ ਤੁਸੀਂ ਆਪ ਲਿਖਿਆ ਵੀ ਹੈ ਅਰਸ਼ ਇਹ ਜਿਹੜਾ ਗੀਤ ਹੈ ਨਾ ਨਹੀਂ ਇਹ ਮੇਰੇ ਫਰੈਂਡ ਨੇ ਲਿਖਿਆ ਇੰਡੀਆ ਤੋਂ ਹਰੂ ਸਿੱਖੋਂ ਦਾ ਨਾਮ ਆ ਬਹੁਤ ਸੋਹਣਾ ਲਿਖਦੇ ਹੈ ਇਵਨ ਆਪਣਾ ਨੈਕਸਟ ਟ੍ਰੈਕ ਸੂਨ ਆ ਰਿਹਾ ਵਿਦਿਨ ਦਿਸ ਮੰਥ ਉਹ ਵੀ ਉਹਨਾਂ ਨੇ ਹੀ ਲਿਖਿਆ ਸੋ ਹੋਪਫੁਲੀ ਤੁਹਾਨੂੰ ਸਾਰਿਆਂ ਨੂੰ ਵੀ ਪਸੰਦ ਆਵੇ ਆਮ ਤੌਰ ਤੇ ਜਦੋਂ ਆਪਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਕਰਦੇ ਹਾਂ ਨਾ ਤਾਂ ਜ਼ਿਆਦਾ ਨੈਗੇਟਿਵ ਚੀਜ਼ਾਂ ਸੁਰਖੀਆਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਨੈਗੇਟਿਵਿਟੀ ਹੈ ਆਮ ਤੁਹਾਡਾ ਤਜਰਬਾ ਇੱਥੇ ਇਸ ਮੁਲਕ ਦੇ ਵਿੱਚ ਆਉਣਾ 5 ਸਾਲ ਪਹਿਲਾਂ ਆ ਪਹਿਲੇ 2-3 ਸਾਲ ਕਿਹੋ ਜਿਹਾ ਰਹੇ ਨੇ ਤੁਹਾਡਾ ਕੀ ਤਜਰਬਾ ਰਿਹਾ ਤੁਸੀਂ ਇੱਥੋਂ ਦੇ ਲੋਕਾਂ ਬਾਰੇ ਕੀ ਸੋਚਦੇ ਹੋ ਤੇ ਜੋ ਸਾਡਾ ਲੋਕਾਂ ਦਾ ਆਮ ਤੌਰ ਤੇ ਨਜ਼ਰੀਆ ਰਿਹਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪ੍ਰਤੀ ਉਸ ਬਾਰੇ ਕੀ ਸੋਚਦੇ ਹੋ ਸੋ ਮੇਰਾ ਬਿਲੀਵ ਇਹ ਹੈ ਕਿ ਚਲੋ ਮੰਨ ਲੈਣੀਆਂ ਕਿ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਉਹਨਾਂ ਵਿੱਚ ਕੁਝ ਗਲਤੀ ਹੁੰਦੀ ਆ ਬਟ ਇਹ ਨਹੀਂ ਕਿ ਤੁਸੀਂ ਸਾਰਿਆਂ ਨੂੰ ਕਹਿ ਲੋ ਕਿ ਇੱਕੋ ਰਸੇ ਨਗਾਦੋ ਰਾਈਟ ਕਿਉਂਕਿ ਸਾਰੇ ਸੇਮ ਤਾਂ ਨਹੀਂ ਹੁੰਦੇ ਸੋ ਮੈਨੂੰ ਐਜ਼ ਮੈਂ ਖੁਦ ਵੀ ਕੱਲ ਦੱਸ ਰਿਹਾ ਕਿ ਮੈਂ ਕੋਈ ਇਦਾਂ ਕੁਝ ਇਦਾਂ ਦਾ ਕੁਝ ਨਹੀਂ ਕੀਤਾ ਮੈਂ ਆਲਵੇਸ ਪੜਾਈ ਦੇ ਵਿੱਚ ਧਿਆਨ ਦਿੰਦਾ ਰਿਹਾ ਕਿਉਂਕਿ ਇੱਕ ਇਹ ਵੀ ਚੱਕਰ ਹੈ ਕਿ ਨਾ ਪੜ੍ਹਨ ਦੇ ਨਾਲ ਨਾਲ ਆਪਾਂ ਨੂੰ ਕੰਮ ਵੀ ਬਹੁਤ ਜ਼ਿਆਦਾ ਕਰਨਾ ਪੈਂਦਾ ਕਿਉਂਕਿ ਫੀਸਿਸ ਕੱਢਣੀਆਂ ਹੁੰਦੀਆਂ ਯਾ ਆਪਣਾ ਖਰਚਾ ਬੱਸ ਦਾ ਖਰਚਾ ਸਾਰਾ ਕੁਝ ਸੋ ਮੈਂ ਇਹ ਸੋਚਦਾ ਕਿ ਜਿਹੜੇ ਇੱਥੋਂ ਦੇ ਲੋਕ ਨੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਨੇ ਬਟ ਉਹਨਾਂ ਦੇ ਮਨ 'ਚ ਇੱਕ ਇਦਾਂ ਦੀ ਲਾਈਕ ਥੌਟ ਪ੍ਰੋਸੈਸ ਉਹਨਾਂ ਦਾ ਇਦਾਂ ਹੋ ਗਿਆ ਕਿ ਵੀ ਉਹਨਾਂ ਨੂੰ ਲੱਗਦਾ ਕਿ ਸਾਰੇ ਸਟੂਡੈਂਟ ਗਲਤ ਨੇ ਸੋ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਇਹ ਥੋੜੀ ਜੀ ਥਿੰਕਿੰਗ ਥੋੜੀ ਜੀ ਚੇਂਜ ਕਰੋ ਤੇ ਉਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਆਪਣਾ ਘਰ ਛੱਡ ਕੇ ਆਉਂਦੇ ਨੇ ਸੋ ਉਹਨਾਂ ਨੂੰ ਪਲੀਜ਼ ਥੋੜੀ ਜੀ ਰਿਸਪੈਕਟ ਦਿੱਤੀ ਜਾਵੇ ਤੇ ਉਹ ਵੀ ਥੋੜੀ ਬਹੁਤ ਰਿਸਪੈਕਟ ਕਰਦੇ ਆ ਤੁਹਾਡੇ ਵਰਗੇ ਬਹੁਤ ਸਾਰੇ ਕਾਬਿਲ ਬੱਚੇ ਆਏ ਨੇ ਇਸ ਮੁਲਕ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰਨ ਵਾਸਤੇ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਉਤਸ਼ਾਹ ਦਈਏ ਕੀਪ ਅਪ ਦਾ ਗ੍ਰੇਟ ਵਰਕਰਸ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ ਇਟ ਵਾਸ ਐਨ ਐਬਸੋਲਿਊਟ ਪਲੇਜ਼ਰ ਤੁਹਾਡੇ ਅਗਲੇ ਗੀਤ ਦੀ ਬਹੁਤ ਬੇਸਬਰੀ ਨਾਲ ਉਡੀਕ ਹੈ ਸਾਨੂੰ ਥੈਂਕ ਯੂ ਸੋ ਮੱਚ ਥੈਂਕਸ ਫॉर ਹੈਵਿੰਗ ਮੀ ਹੇਅਰ ਐਬਸੋਲਿਊਟ ਪਲੇਜ਼ਰ